ਐਨਜ਼ੀ ਪੰਜਾਬੀ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਹਰਸਿਮਰਨ ਕੌਰ ਸਾਡੀ ਇਸ ਖਾਸ ਰਿਪੋਰਟ ਦੇ ਵਿੱਚ ਸਵਾਗਤ ਕਰਦੀ ਹਾਂ ਸਿਆਸੀ ਤੌਰ ਉੱਤੇ ਮਹੱਤਵਪੂਰਨ ਅਤੇ ਕੈਨੇਡਾ ਦੇ ਵੱਡੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਹਾਲ ਹੀ ਵਿੱਚ ਹੋਈਆਂ ਪ੍ਰੀਮੀਅਰ ਚੋਣਾਂ ਦੇ ਨਤੀਜੇ ਆ ਚੁੱਕੇ ਹਨ ਐਨਡੀਪੀ ਪਾਰਟੀ ਨੂੰ ਸਪਸ਼ਟ ਬਹੁਮਤ ਹਾਸਲ ਹੋਇਆ ਹੈ ਅਤੇ 8 ਪੰਜਾਬੀ ਮੂਲ ਦੇ ਕੈਨੇਡੀਅਨ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ ਬਹੁਮਤ ਲਈ 44 ਸੀਟਾਂ ਚਾਹੀਦੀਆਂ ਸਨ ਜਦਕਿ ਐਨਡੀਪੀ ਨੇ 55 ਸੀਟਾਂ ਉੱਤੇ ਜਿੱਦਰਜ ਕੀਤੀ ਹੈ ਉੱਥੇ ਹੀ ਦੂਜੇ ਪਾਸੇ ਲਿਬਰਲ ਪਾਰਟੀ ਨੇ 29 ਅਤੇ ਗ੍ਰੀਨ ਪਾਰਟੀ ਨੇ 2 ਜਿਤ ਹਾਸਲ ਕੀਤੀ ਹੈ ਪੰਜਾਬੀ ਮੂਲ ਦੇ ਜੇਤੂ ਕੈਨੇਡਿਆਈ ਉਮੀਦਵਾਰਾਂ ਵਿੱਚ ਪਹਿਲਾ ਨਾਂ ਰਾਜ ਚੋਹਾਂਦਾ ਹੈ ਜਿਹੜੇ ਕਿ ਪੰਜਵਾਰ ਐਮ ਐਲ ਏ ਬਣੇ ਹਨ ਉਹ ਹਲਕਾ ਬਰਨਬੀ ਐਡਮਿੰਡਸ ਤੋਂ ਐਂਡੀਪੀ ਉਮੀਦਵਾਰ ਵਜੂ ਜੇਤੂ ਰਹੇ ਹਨ ਉਹਨਾਂ ਨੇ ਲਿਬਰਲ ਪਾਰਟੀ ਦੇ ਆਪਣੇ ਨੇੜਲੇ ਵਿਰੋਧੀ ਉਮੀਦਵਾਰ ਸ਼੍ਰੀਮਤੀ ਤ੍ਰਿਪਤ ਅਟਵਾਲ ਨੂੰ ਹਰਾਇਆ ਹੈ ਤ੍ਰਿਪਤ ਅਟਵਾਲ ਜੋ ਕਿ ਭਾਰਤ ਵਿੱਚ ਲੋਕ ਸਭਾ ਦੇ ਸਾਬਕਾ ਡਿਪਟੀ ਸਪੀਕਰ ਅਤਿ ਸ਼ਰੋਮਣੀ ਅਕਾਲੀ ਦਲ ਦੇ ਆਗੂ ਚਰਨਜੀਤ ਅਟਵਾਲ ਦੀ ਧੀ ਹੈ ਇਸ ਲਿਸਟ ਵਿੱਚ ਦੂਜਾ ਨਾਮ ਜਗਰੂ ਬਰਾੜ ਦਾ ਹੈ ਜੋ ਕਿ ਮੁੱਖ ਉਮੀਦਵਾਰ ਹਨ ਜਿਹੜੇ ਕਿ ਸਰੀ ਫਲੀਟਵੁੱਡ ਤੋਂ ਦੂਜੀ ਵਾਰ ਐਮਐਲਏ ਬਣੇ ਹਨ ਇਨ੍ਹਾਂ ਚੋਣਾਂ ਵਿੱਚ ਜਗਰੂ ਬਰਾੜ ਸਨੇ ਤਿੰਨ ਉਮੀਦਵਾਰ ਚੋਣ ਮੈਦਾਨ ਵਿੱਚ ਸਨ ਜਿਨ੍ਹਾਂ ਵਿੱਚੋਂ ਜਗਰੂ ਬਰਾੜ ਨੇ ਦੂਜੀ ਵਾਰ ਜਿੱਤ ਦਰਜ ਕੀਤੀ ਹੈ ਉਹਨਾਂ ਨੇ ਲਿਬਰਲ ਪਾਰਟੀ ਦੇ ਗੈਰੀ ਥੇਨ ਅਤੇ ਗ੍ਰੀਨ ਪਾਰਟੀ ਦੇ ਡੀਨ ਮੈਕੀ ਨੂੰ ਤਕੜੀ ਟੱਕਰ ਦਿੱਤੀ ਹੈ ਜਗਰੂ ਬਰਾੜ ਨੂੰ 7695 ਵੋਟਾਂ ਪਈਆਂ ਸਨ ਜਦਕਿ ਉਹਨਾਂ ਦੇ ਵਿਰੋਧੀ ਗੈਰੀ ਥਿੰਦ ਨੂੰ 4100 ਅਤੇ ਗ੍ਰੀਨ ਪਾਰਟੀ ਦੇ ਉਮੀਦਵਾਰ ਡੀਨ ਮੈਕੀ ਨੂੰ 843 ਵੋਟਾਂ ਤੱਕ ਹੀ ਆਪਣਾ ਵੋਟ ਸ਼ੇਅਰ ਸਿਮੇਟਣਾ ਪਿਆ ਸੀ ਇੱਥੇ ਦੱਸ ਦਈਏ ਕਿ ਜਗਰੂ ਬਰਾੜ ਦਾ ਜਨਮ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਵਿੱਚ ਹੋਇਆ ਸੀ ਅਤੇ ਉਹਨਾਂ ਨੇ ਆਪਣੀ ਐਮਸੀਲ ਦੀ ਡਿਗਰੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਹਾਸਲ ਕੀਤੀ ਹੈ ਅਤੇ ਉਹ ਸਾਫ ਦਾ ਬਾਸਕਟਬਾਲ ਪਲੇਅਰ ਵੀ ਰਹਿ ਚੁਕੇ ਹਨ ਜਿੱਤਣ ਵਾਲੇ ਪੰਜਾਬੀ ਉਮੀਦਵਾਰਾਂ ਦੇ ਵਿੱਚ ਤੀਜਾ ਨਾਂ ਰਵੀ ਕਾਲੋ ਦਾ ਹੈ ਜੋ ਕਿ ਡੈਲਟਾ ਨੋਟਸੋ ਐਨਡੀਪੀ ਉਮੀਦਵਾਰ ਦੇ ਤੌਰ ਤੇ ਮੋੜ ਤੋਂ ਚੁਣੇ ਗਏ ਹਨ ਅਤੇ ਰਵੀ ਕਾਲੋ ਕੈਨੇਡਾ ਦੀ ਹਾਕੀ ਟੀਮ ਨੂੰ ਵੀ ਇੰਟਰਨੈਸ਼ਨਲ ਪੱਧਰ ਉੱਤੇ ਦੋ ਵਾਰ ਨੁਮਾਇੰਦਗੀ ਕਰ ਚੁੱਕੇ ਹਨ ਚੌਥੀ ਪੰਜਾਬੀ ਜੇਤੂ ਉਮੀਦਵਾਰ ਰਚਨਾ ਸਿੰਘ ਹੈ ਜੋ ਕਿ ਪੰਜਾਬੀ ਲੇਖਕ ਰਕबीर ਸਿੰਘ ਸਰਜਨਾ ਦੀ ਬੇਟੀ ਅਤੇ ਕੈਨੇਡੀਅਨ ਪੰਜਾਬੀ ਪੱਤਰਕਾਰ ਗੁਰਪ੍ਰੀਤ ਸਿੰਘ ਦੀ ਪਤਨੀ ਹੈ ਰਚਨਾ ਸਿੰਘ ਨੇ ਐਮਏ ਕਲੀਨਿਕਲ ਸਾਈਕੋਲੋਜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕੀਤੀ ਹੈ ਅਤੇ ਉਸ ਦਾ ਜਨਮ ਭਾਰਤ ਵਿੱਚ ਦਿੱਲੀ ਵਿੱਚ ਹੋਇਆ ਹੈ ਅਤੇ ਉਹ ਚੰਡੀਗੜ੍ਹ ਦੀ ਜੰਪਲ ਹੈ ਅਤੇ ਉਹ ਮਾਰਚ 2001 ਵਿੱਚ ਕੈਨੇਡਾ ਪ੍ਰਵਾਸ ਕਰ ਗਈ ਸੀ ਉਸ ਨੇ ਸਰੀ ਗ੍ਰੀਨ ਟਿੰਬਰਲੈਂਡ ਹਲਕੇ ਤੋਂ ਐਨਡੀਪੀ ਉਮੀਦਵਾਰ ਵਜੋਂ ਜਿੱਤ ਹਾਸਲ ਕੀਤੀ ਹੈ ਅਤੇ ਆਪਣੇ ਨੇੜਲੇ ਵਿਰੋਧੀ ਉਮੀਦਵਾਰ ਦਿਲਰਾਜ ਅਟਵਾਲ ਨੂੰ ਹਰਾਇਆ ਹੈ ਜੇਤੂ ਰਹਿਣ ਵਾਲੇ ਪੰਜਵੇਂ ਪੰਜਾਬੀ ਉਮੀਦਵਾਰ ਹੈਰੀ ਬੈਂਸਨ ਜੋ ਕਿ ਸਰੀ ਨਿਊਟਨ ਹਲਕੇ ਤੋਂ ਜੇਤੂ ਰਹੇ ਹਨ ਉਹਨਾਂ ਨੇ ਆਪਣੇ ਨੇੜਲੇ ਵਿਰੋਧੀ ਪੌਲ ਬੋਪਾ ਰਾਏ ਨੂੰ ਹਰਾਇਆ ਹੈ ਜ਼ਿਕਰ ਹੋ ਗਿਆ ਕਿ ਬੈਂਸ 2005 ਤੋਂ ਬ੍ਰਿਟਿਸ਼ ਕੋਲੰਬੀਆ ਦੀ ਸੂਬਾ ਅਸੈਂਬਲੀ ਦੇ ਮੈਂਬਰ ਚੱਲੇ ਆ ਰਹੇ ਹਨ ਹੈਰੀ ਮੈਸ ਦਾ ਜਨਮ ਭਾਰਤੀ ਪੰਜਾਬ ਦੇ ਫਗਵਾੜਾ ਦੇ ਪਿੰਡ ਹਰਦਾਸਪੁਰ ਵਿੱਚ ਹੋਇਆ ਹੈ ਅਤੇ ਉਹ ਸਾਲ 1971 ਵਿੱਚ ਕੈਨੇਡਾ ਪ੍ਰਵਾਸ ਕਰ ਗਏ ਸਨ ਜਿੱਤਣ ਵਾਲੇ 6ਵੇਂ ਪੰਜਾਬੀ ਉਮੀਦਵਾਰ ਅਮਨ ਸਿੰਘ ਹਨ ਜਿਨ੍ਹਾਂ ਨੇ ਐਨਡੀਪੀ ਉਮੀਦਵਾਰ ਵਜੋਂ ਹਲਕਾ ਰਿਚਮੰਡ ਕুইਨਸਬਰਗ ਤੋਂ ਜਿੱਤ ਹਾਸਲ ਕੀਤੀ ਹੈ ਅਤੇ ਲਿਬਰਲ ਪਾਰਟੀ ਦੇ ਆਪਣੇ ਨੇੜਲੇ ਵਿਰੋਧੀ ਜੈਸ ਚੋਹਲ ਨੂੰ ਖਰਾਇਆ ਹੈ ਅਮਨ ਸਿੰਘ ਦਾ ਜਨਮ ਹਾਂਗਕਾਂਗ ਦਾ ਹੈ ਅਤੇ ਉਹ ਪੇਸ਼ੇਵਰ ਜੋ ਮਨੁੱਖੀ ਹਕਾਂ ਦੇ ਵਕੀਲ ਹਨ ਇੱਥੇ ਜ਼ਿਕਰ ਹੋ ਗਿਆ ਕਿ ਉਹ ਬ੍ਰਿਟਿਸ਼ ਕੋਲੰਬੀਆ ਦੀ ਵਿਧਾਨ ਸਭਾ ਵਿੱਚ ਬੈਠਣ ਵਾਲੇ ਪਹਿਲੇ ਪਗੜੀਧਾਰੀ ਸਿੱਖ ਵਿਧਾਇਕ ਹੋਣਗੇ ਇਸ ਲਿਸਟ ਵਿੱਚ ਸਤਵਾਂ ਨਾਮ ਜੀਨੀ ਸਿੰਸਦਾਏ ਜਿਨ੍ਹਾਂ ਨੇ ਐਨ ਡੀ ਪੀ ਉਮੀਦਵਾਰ ਵਜੋਂ ਸਰੀ ਪੈਨਰੋਮਾ ਹਲਕੇ ਤੋਂ ਜਿੱਤ ਹਾਸਲ ਕੀਤੀ ਹੈ ਜਿਨੀ ਦੂਜੀ ਵਾਰ ਵਿਧਾਇਕ ਬਣੀ ਹੈ ਤੇ ਉਸ ਨੇ ਆਪਣੇ ਨੇੜਲੇ ਵਿਰੋਧੀ ਲਿਬਰਲ ਪਾਰਟੀ ਦੇ ਗੁਲਜ਼ਾਰ ਚੀਮਾ ਨੂੰ ਹਰਾਇਆ ਹੈ ਪੇਸ਼ੇਵਜੋਂ ਉਹ ਇੱਕ ਅਧਿਆਪਕਾ ਹੈ ਤੇ ਉਸ ਦਾ ਪਿਛੋਕੜ ਪੰਜਾਬ ਦੇ ਜਲੰਧਰ ਸ਼ਹਿਰ ਤੋਂ ਹੈ ਬ੍ਰਿਟਿਸ਼ ਕੋਲੰਬੀਆ ਦੀਆਂ ਚੋਣਾਂ ਵਿੱਚ ਕਾਮਯਾਬ ਰਹਿਣ ਵਾਲੀ ਅੱਠਵੀਂ ਅਤੇ ਆਖਰੀ ਉਮੀਦਵਾਰ ਨਿਗੀ ਸ਼ਰਮਾਏ ਇਸ ਨੇ ਐਨ ਡੀ ਪੀ ਪਾਰਟੀ ਦੀ ਉਮੀਦਵਾਰ ਵਜੋਂ ਵੈਂਕੂਵਰ ਹੇਸਟਿੰਗਸ ਤੋਂ ਜਿੱਤ ਪ੍ਰਾਪਤ ਕੀਤੀ ਹੈ ਇਨਾ ਬ੍ਰਿਟਿਸ਼ ਕੋਲੰਬੀਆ ਦੀਆਂ ਚੋਣਾਂ ਵਿੱਚ ਪੰਜਾਬੀ ਉਮੀਦਵਾਰਾਂ ਦੇ ਲਿਹਾਜ਼ ਨਾਲ ਸਭ ਤੋਂ ਗੈਰ ਸਿਹਤਮੰਤ ਮੱਕ ਉਹਨਾਂ ਦੀ ਚੋਣ ਮੁਹਿੰਮ ਨੂੰ ਭਾਜਪਾ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਅਤੇ ਭਾਰਤੀ ਏਜੰਸੀਜ਼ ਵੱਲੋਂ ਪ੍ਰਭਾਵਿਤ ਕੀਤਾ ਜਾਣਾ ਹੈ ਕੈਨੇਡਾ ਵਿੱਚ ਲੀਆਰਐਸ ਸਮਰਥਕਾਂ ਨੇ ਖਾਸ ਤੌਰ ਉਤੇ ਦਿਨ ਪੰਜਾਬੀ ਉਮੀਦਵਾਰਾਂ ਰਵੀ ਕਾਲੋਂ ਰਚਨਾ ਸਿੰਘ ਅਤੇ ਅਮਨ ਸਿੰਘ ਦੇ ਖਿਲਾਫ ਬੁਰਜ਼ੋਰ ਤਰੀਕੇ ਨਾਲ ਪ੍ਰਚਾਰ ਕੀਤਾ ਅਤੇ ਉਹਨਾਂ ਦੀ ਚੋਣ ਮੁਹਿੰਮ ਨੂੰ ਪ੍ਰਭਾਵਿਤ ਕਰਨ ਲਈ ਹਰ ਸੰਭਵ ਵਾਲਾ ਹੀ ਆਰਐਸ ਸਮਰਥਕਾਂ ਵੱਲੋਂ ਇਹਨਾਂ ਉਮੀਦਵਾਰਾਂ ਦੇ ਵਿਰੋਧ ਦੀ ਮੂਲ ਵਜਾ ਇਹਨਾਂ ਵੱਲੋਂ ਭਾਰਤ ਵਿੱਚ ਕਟਗਣਤੀਆਂ ਦੇ ਖਿਲਾਫ ਲਗਾਤਾਰ ਚੁੱਕੀ ਜਾਂਦੀ ਰਹੀ ਆਵਾਜ਼ ਹੈ। ਇਹ ਤਿੰਨੇ ਉਮੀਦਵਾਰ ਭਾਰਤ ਵਿੱਚਲੀ ਭਾਰਤ ਸਰਕਾਰ ਦੀਆਂ ਨੀਤੀਆਂ ਦੀ ਲਗਾਤਾਰ ਆਲੋਚਨਾ ਕਰਦੇ ਰਹੇ ਹਨ ਭਾਵੇਂ ਭਾਜਪਾ ਸਰਕਾਰ ਵੱਲੋਂ ਕਸ਼ਮੀਰ ਵਿੱਚ ਅਪਣਾਈ ਗਈ ਨੀਤੀ ਹੋਵੇ ਜਾਂ ਸੀਏ ਵਰਗਾ ਇਤਿਹਾਸਿਕ ਕਦਮ ਚੁੱਕਣ ਦੀ ਗੱਲ ਹੋਵੇ ਇਨ੍ਹਾਂ ਵੱਲੋਂ ਯਥਾਯੋਗ ਤਰੀਕੇ ਨਾਲ ਇੱਕ ਮੈਂਬਰ ਦੀ ਹیثیت ਵਿੱਚ ਲਗਾਤਾਰ ਆਲੋਚਨਾ ਕੀਤੀ ਜਾਂਦੀ ਰਹੀ ਹੈ ਇਸੇ ਕਰਕੇ ਹੀ ਭਾਜਪਾ ਤੇ ਆਰਐਸਐਸ ਸਮਰਥਕਾਂ ਦਾ ਇਹ ਜੋਰ ਲੱਗਾ ਹੋਇਆ ਸੀ ਕਿ ਇਹ ਤਿੰਨੇ ਉਮੀਦਵਾਰ ਚੋਣ ਹਾਰ ਜਾਣ ਇਸ ਸਬੰਧੀ ਵੱਡਾ ਖੁਲਾਸਾ ਜੇਤੂ ਉਮੀਦਵਾਰ ਰਚਨਾ ਸਿੰਘ ਦੇ ਪੱਤਰਕਾਰ ਪਤੀ ਗੁਰਪ੍ਰੀਤ ਸਿੰਘ ਵੱਲੋਂ ਕੀਤਾ ਗਿਆ ਇਹ ਜਿਹੜੀ ਚੋਣ ਹੈ ਕਾਫੀ ਨਿਰਣਾਇਕ ਰਹੀ ਖਾਸ ਤੌਰ ਤੇ ਜਿਸ ਤਰੀਕੇ ਨਾਲ ਸਾਰੇ ਇਲਾਕੇ ਦੇ ਲੋਕਾਂ ਨੇ ਏਕਾ ਕਰਕੇ ਉਹਨਾਂ ਹਿੰਦੂਤਵੀ ਤਾਕਤਾਂ ਦਾ ਮੂੰਹ ਭੰਨਿਆ ਮੂੰਹ ਤੋੜ ਜਵਾਬ ਦਿੱਤਾ ਜਿਹੜੇ ਲਾਮਬੰਦ ਹੋ ਕੇ ਰਚਨਾ ਸਿੰਘ ਨੂੰ ਹਰਾਉਣ ਤੇ ਤੁਲੇ ਹੋਏ ਸੀ ਔਰ ਕੱਲੇ ਰਚਨਾ ਸਿੰਘ ਨੂੰ ਨਹੀਂ ਉਹਨਾਂ ਦਾ ਪੂਰਾ ਜ਼ੋਰ ਸੀ ਕਿ ਰਵੀ ਕਾਲੋ ਤੇ ਅਮਨ ਸਿੰਘ ਨੂੰ ਵੀ ਹਰਾਇਆ ਜਾਵੇ ਕਿਉਂਕਿ ਇਹ ਤਿੰਨ ਉਮੀਦਵਾਰ ਉਹਨਾਂ ਨੂੰ ਰੜਕਦੇ ਸੀ ਕਿਉਂਕਿ ਹਿਊਮਨ ਰਾਈਟਸ ਦੀ ਗੱਲ ਕਰਦੇ ਨੇ ਕਸ਼ਮੀਰ ਦੀ ਗੱਲ ਕਰਦੇ ਆ ਭਾਰਤ ਵਿੱਚ ਕੱਟਗਿੰਦਿਆਂ ਤੇ ਹੋਰ ਜ਼ੁਲਮਾਂ ਦੀ ਗੱਲ ਕਰਦੇ ਆ 84 ਦੇ ਕਤਲਿਆਂ ਬਾਰੇ ਇਹਨਾਂ ਨੇ ਆਵਾਜ਼ ਬੁਲੰਦ ਕੀਤੀ ਸੋ ਇਹਨਾਂ ਤਾਂ ਤਾਂ ਜ਼ੋਰ ਲੱਗਾ ਸੀ ਕਿ ਕਿਵੇਂ ਨਾ ਕਿਵੇਂ ਇਹਨਾਂ ਨੂੰ ਹਰਾਇਆ ਜਾਵੇ ਅਫਸੋਸ ਦੀ ਗੱਲ ਇਹ ਕਿ ਮੈਨੂੰ ਇਹ ਗੱਲ ਕਹਿਣੀ ਪੈਣੀ ਹੈ ਜੇ ਕਿ ਮੇਰੀ ਪਤਨੀ ਰਚਨਾ ਸਿੰਘ ਜੀ ਨਾ ਹੁੰਦੀ ਮੈਂ ਸ਼ਾਇਦ ਦਸਤਾ ਮੀਡੀਆ ਦੇ ਤੌਰ ਤੇ ਕਿ ਕਿਹੜੀਆਂ-ਕਿਹੜੀਆਂ ਗੱਲਾਂ ਬੇਨਕਾਬ ਕਰਨ ਵਾਲੀਆਂ ਕਿਵੇਂ-ਕਿਵੇਂ ਭਾਰਤ ਤੋਂ ਫੋਨ ਕਰਵਾਏ ਗਏ ਵੱਡੇ-ਵੱਡੇ ਅਕਾਲੀ ਆਗੂਆਂ ਤੋਂ ਪੁਲਿਸ ਅਫਸਰਾਂ ਤੋਂ ਸੋ ਇਹ ਸਭ ਕੁਝ ਚੱਲਦਾ ਰਿਹਾ ਜਿਕਰ ਹੋ ਗਿਆ ਕਿ ਕੈਨੇਡਾ ਦੀਆਂ ਪਿਛਲੇ ਸਾਲ ਹੋਈਆਂ ਆਮ ਚੋਣਾਂ ਵਿੱਚ ਵੀ ਕੁਝ ਭਾਰਤ ਪੱਖੀ ਸਮੂਹਾਂ ਅਤੇ ਏਜੰਸੀਆਂ ਨੇ ਜਗਮੀਤ ਸਿੰਘ ਦੀ ਚੋਣ ਮੂਹਮ ਨੂੰ ਪ੍ਰਭਾਵਿਤ ਕਰਨ ਲਈ ਪੁਰਜ਼ੋਰ ਕੋਸ਼ਿਸ਼ ਕੀਤੀ ਸੀ ਅਤੇ ਹੁਣ ਇਹਨਾਂ ਉਮੀਦਵਾਰਾਂ ਦੇ ਭਾਜਪਾ ਦੇ ਵਿਰੋਧ ਦੇ ਬਾਵਜੂਦ ਜਿੱਤਣ ਦੀ ਸੂਰਤ ਵਿੱਚ ਆਰਐਸਐਸ ਸਮਰਥਕਾਂ ਦੀ ਛੇੜਮਛਣੀ ਸੁਭਾਅਿਕ ਹੈ ਦੂਜੇ ਪਾਸੇ ਇਹਨਾਂ ਨੂੰ ਮਿਲੀ ਕਾਮਯਾਬੀ ਇਹਨਾਂ ਵੱਲੋਂ ਲਏ ਗਏ 1 ਲੱਖੀ ਸਟੈਂਡ ਦੇ ਹੱਕ ਵਿੱਚ ਫਤਵਾ ਸਮਝਿਆ ਜਾ ਸਕਦਾ ਹੈ ਬ੍ਰਿਟਿਸ਼ ਕੋਲੰਪੀਆ ਦੀ ਚੋਣਾਂ ਵਿੱਚ 8 ਪੰਜਾਬੀਆਂ ਨੂੰ ਮਿਲੀ ਕਾਮਯਾਬੀ ਉਮੀਦਵਾਰਾਂ ਦੀ ਮੈਜਿਕ ਸਖਸ਼ੀ ਕਾਮਯਾਬੀ ਨਾ ਹੋ ਕੇ ਉੱਥੇ ਵਸਦੇ ਸਮੁੱਚੇ ਪੰਜਾਬੀ ਭਾਈਚਾਰੇ ਦੀ ਕਾਮਯਾਬੀ ਹੈ ਜਿਸ ਨੇ ਕਾਮਾਗਾਟਾ ਮਾਰੂ ਸਾਕੇ ਤੋਂ ਲੈ ਕੇ ਹੁਣ ਤੱਕ ਇਸ ਮੁਕਾਮ ਤੇ ਪਹੁੰਚਣ ਲਈ ਸਦੀ ਤੋਂ ਵੀ ਵੱਧ ਸਮਾਂ ਸੰਘਰਸ਼ ਕੀਤਾ ਹੈ ਇਸ ਖਾਸ ਰਿਪੋਰਟ ਵਿੱਚ ਇਹ ਨਹੀਂ ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਕਿਸੇ ਨਵੀਂ ਰਿਪੋਰਟ ਦੇ ਨਾਲ ਉਦੋਂ ਤੱਕ ਤੁਸੀਂ ਜੁੜੇ ਰਹੋ ਐਨਜ਼ੈਡ ਪੰਜਾਬੀ ਨਿਊਜ਼ ਦੇ ਨਾਲ